مجلس پاک دی قبولیت واسطے صلوات کوشش کرو مل کے سارے بانیان و معاونین حصہ داران فرش ادا دور نزدیک تم جناب دی شمولیت اس تمام تر مسائی جمیلہ دی قبولیت اور بھائی جان پیر مشتاق شادی دے وسعت رزق واسطے صلوات ہو جاواں وطن عزیز ملک پاکستان دی سلامتی و دوام اور آزاداران حسین علیہ السلام دی حفظ و سلامتی واسطے صلوات خود چہرے نال سارے بے سکونی اور دہشت گردی اس دور دی سب تو بڑی دعا علی ولی اللہ پڑھن والے محبان اہل بیت دی واحد پناہ گاہ جتنے موالی حلالی ماتمی عزادار امام دے باقی گھر چ بیٹھے ہو واجبن نک صلوات امام زمانہ دی آمد و سلام کیتے اعوذ باللہ من الشیطان الرجیم بسم اللہ الرحمن الرحیم بالله العلي العظيم الحمد لله الذي نبر قلوبنا بمصائب الحسين قال اللہ تعالی فی کتاب المجید بسم اللہ الرحمن الرحیم مرحبا ان الدین عند اللہ الاسلام صلوات احباب اہل بیت محبان آل محمد حاضرین و سامعین سادات مومنین بہت ہی میرے واجب الاحترام سمشیہ صاحبان امام حسین بادشاہ دا مقدس گھر چند مٹیریل ملے تو مارز وجود چایا اٹا بجری بسم اللہ پیر مخدوم بابا جی سید نزاکت حسین شاہ صاحب عزاداری دے حوالے نال بہت بڑا نام زمین و زن مندہ مالک امام انہوں نے صحت نال زندگی دراز فرماوے بجری سیمنٹ ریت سریا ملے تو پھر بارگاہ امام بنے اگ ہوا مٹی اور پانی ملے تو انسان دا جسم بنے سب تو یا چند چیزاں مل دیا نہیں تو کوئی چیز مارز وجود ہی چل دی میرے مالک فرما رہے نے میں اللہ دا پسندیدہ دین دین اسلام ہے سرگودے دے شرفا پورے ملک دا مجمع بالخصوص میرے لیے سنت بھائی او مل بیٹھ کے سوچو کوئی چیز بن دی ہے کوئی طاقت مل دی تے بن دی ہے اللہ دا دین کتنی چیزاں نال بن بہت 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 میں بسم اللہ کراں تو یاد رکھنا دین خدا اللہ دا پسندیدہ دین دو طاقتاں نال بنایا گیا اللہ نے دو طاقتاں ملائیاں نے تو پھر دین بنیا ہے پھر دین وچ نکلے اصول دین اور فروع دین
ਉਹ ਜਿਹੜੀਆਂ ਦੋ ਤਾਕਤਾਂ ਮਿਲਾ ਕੇ ਦੀਨ ਬਣਾਇਆ ਗਿਆ ਉਹਨਾਂ ਚੋਂ ਇੱਕ ਤਾਕਤ ਦਾ ਨਾਮ ਹੈ ਸ਼ਰੀਅਤ, ਇੱਕ ਤਾਕਤ ਦਾ ਨਾਮ ਹੈ ਇਸ਼ਕ। ਸਿਆਲਕੋਟ ਵਾਲੇ ਬਲਕਿ ਸਰਗੋਧੇ ਵਾਲੇ ਯਾਦ ਰੱਖਣਾ, ਇਸ਼ਕ ਮਜਾਜ਼ੀ ਨਹੀਂ, ਇਸ਼ਕ ਹਕੀਕੀ। ਸ਼ਰੀਅਤ ਔਰ ਇਸ਼ਕ ਹਕੀਕੀ ਮਿਲੇ ਨੇ ਅਤੇ ਦੀਨ ਬਣੇ ਨੇ। ਤੋ ਸਾਬਤ ਹੋਇਆ ਸ਼ਰੀਅਤ ਵੀ ਦੀਨ ਹੈ, ਇਸ਼ਕ ਵੀ ਦੀਨ ਹੈ। ਸ਼ਰੀਅਤ ਵੀ ਦੀਨ ਦਾ ਹਿੱਸਾ ਹੈ, ਇਸ਼ਕ ਵੀ ਦੀਨ ਦਾ ਹਿੱਸਾ ਹੈ। ਜਿਸ ਕੁਰਾਨ ਵਿੱਚ ਸ਼ਰੀਅਤ ਹੈ ਉਸ ਕੁਰਾਨ ਵਿੱਚ ਇਸ਼ਕ ਵੀ ਹੈ, ਲੇਕਿਨ ਸ਼ਰੀਅਤ ਹੋ ਰਹੇ ਇਸ਼ਕ ਹੋ ਰਹੇ। ਸ਼ਰੀਅਤ ਸੌਖੀ, ਇਸ਼ਕ ਔਖਾ। ਗਰਮੀ ਆਪਣੀ ਜਗ੍ਹਾ 'ਤੇ, ਜੁਮਲੇ ਦੀ ਹਰਾਰਤ ਬਰੂਰਤ ਆਪਣੀ ਜਗ੍ਹਾ 'ਤੇ ਜੀ। ਸ਼ਰੀਅਤ ਸੌਖੀ, ਇਸ਼ਕ ਔਖਾ। ਅਵਲ ਆਖਰ ਸਾਰੇ ਬੰਦੇ ਮੇਰੀ ਤਾਈਦ ਕਰਨ, ਸ਼ਰੀਅਤ ਸੌਖੀ ਕਿਉਂ, ਇਸ਼ਕ ਔਖਾ ਕਿਉਂ? ਇਸ ਵਾਸਤੇ ਕਿ ਸ਼ਰੀਅਤ ਵਾਲੇ ਅੱਲਾਹ ਕੋਲੋਂ ਮੰਗਦੇ ਨੇ, ਇਸ਼ਕ ਵਾਲੇ ਮੰਗਦੇ ਨਹੀਂ। ਮੈਦਾਨ ਹੀ ਚਾਹਦੇ ਨੇ, ਤੂੰ ਮੰਗੀ ਆ ਅਤੇ ਅਸੀਂ ਦਿੱਤੀ ਆ। ਸਾਰੇ ਬੋਲੋ, ਹੱਥ ਬੋਲਣ ਤਾਈ ਦੇ ਵਿਲਾਇਤ ਹੈ ਦਰੀ। ਬਹੁਤ ਮਿਹਰਬਾਨੀ, ਮੈਂ ਬਿਸਮਿਲ੍ਲਾ ਕਰਾਂ। ਸ਼ਰੀਅਤ ਲੈਣ ਦਾ ਨਾਂ, ਇਸ਼ਕ ਦੇਣ ਦਾ ਨਾਂ। ਸ਼ਰੀਅਤ ਵੀ ਦੀਨ, ਇਸ਼ਕ ਵੀ ਦੀਨ। ਮੇਰੇ ਅੱਲਾ ਫਰਮਾਉਂਦੇ ਨੇ, ਐ ਮੇਰਾ ਬੰਦਾ, ਤੂੰ ਮੇਰੇ ਨਾਲ ਪਿਆਰ ਨਹੀਂ ਕਰਦਾ, ਮੈਂ ਤੇਰੇ ਨਾਲ ਤੇਰੀਆਂ 70 ਸਕੀਆਂ ਮਾਵਾਂ ਤੋਂ ਜ਼ਿਆਦਾ ਪਿਆਰ ਕੀਤਾ। ਮੇਰਾ ਅੱਲਾ ਕੀ ਦਲੀਲ ਹੈ ਤੇਰੇ ਪਿਆਰ ਦੀ? ਫਰਮਾਇ ਮੇਰਾ ਬੰਦਾ, ਦਲੀਲ ਇਸ ਤੋਂ ਵੱਡੀ ਕਹਿ ਦਿਆਂ ਕਿ ਸ਼ਰੀਅਤ ਵੀ ਦੀਨ ਹੈ, ਇਸ਼ਕ ਵੀ ਦੀਨ ਹੈ। ਸ਼ਰੀਅਤ ਸੌਖੀ ਹੈ, ਇਸ਼ਕ ਔਖਾ ਹੈ। ਮੇਰਾ ਬੰਦਾ, ਜਿਹੜੀ ਸ਼ੈ ਸੌਖੀ ਹੈ ਦੀਨ ਵਿੱਚ, ਉਹ ਮੈਂ ਤੇਰੇ 'ਤੇ ਲਾਜ਼ਮੀ ਕੀਤੀ। ਸ਼ਰੀਅਤ ਸੌਖੀ ਹੈ, ਮੈਂ ਕਿਹਾ ਲਾਜ਼ਮੀ ਰੱਖ। ਇਸ਼ਕ ਔਖਾ ਹੈ, ਮੈਂ ਇਖਤਿਆਰੀ ਬਣਾ ਦਿੱਤਾ। ਨਹੀਂ ਬੋਲੇ ਕੋਈ ਨਹੀਂ ਜੀ, ਮੈਂ ਥੋੜ੍ਹਾ ਜਿਹਾ ਆਸਾਨ ਕਰਾਂ ਜੀ। ਸਕੂਲ ਕਾਲਜ ਦੀ ਲਾਈਫ ਵਿੱਚ ਬਾਬਾ ਜੀ, ਦੋ ਕਿਸਮ ਦੀਆਂ ਕਿਤਾਬਾਂ, ਕੁਝ ਲਾਜ਼ਮੀ, ਕੁਝ ਇਖਤਿਆਰੀ। ਲਾਜ਼ਮੀ ਰੱਖਣੀ ਰੱਖਣੀਆਂ ਨੇ, ਚਾਹੇ ਸਟੂਡੈਂਟ ਲੈ ਕੇ, ਚਾਹੇ ਨਾ ਲੈ ਕੇ, ਚਾਹੇ ਸੁਣਨੀ ਹੈ, ਚਾਹੇ ਸ਼ੀ ਹੈ, ਲਾਜ਼ਮੀ ਰੱਖਣੀਆਂ ਰੱਖਣੀਆਂ ਨੇ। ਹਾਂ, ਇਖਤਿਆਰੀਆਂ 'ਚ ਗੁੰਜਾਇਸ਼ ਹੈ, ਐਂ ਨਹੀਂ ਤਾਂ ਉਹ ਰੱਖ ਲੈ, ਸਾਇੰਸ ਨਹੀਂ ਤਾਂ ਆਰਟਸ ਰੱਖ ਲੈ। ਫਰਮਾਇ ਮੇਰਾ ਬੰਦਾ, ਬੇਐਨ ਹੀ ਦੀਨ ਇਸਲਾਮ, ਸ਼ਰੀਅਤ ਸੌਖੀ ਮੈਂ ਲਾਜ਼ਮੀ ਕੀਤੀ, ਇਸ਼ਕ ਔਖਾ ਮੈਂ ਇਖਤਿਆਰੀ ਕਰ ਦਿੱਤਾ। ਮਾਲਕ, ਔਖਾ ਇਖਤਿਆਰੀ ਕਿਉਂ ਕੀਤਾ ਜੀ? ਫਰਮਾਇ ਮੇਰਾ ਬੰਦਾ, ਲਾ ਯੁਕੱਲਫੁੱਲਾਹੁ ਨਫਸਨ ਇਲਾ ਵਸਅਹਾ, ਮੈਂ ਕਿਸੇ 'ਤੇ ਵੀ ਤਾਕਤ ਤੋਂ ਜ਼ਿਆਦਾ ਬੋਝ ਨਹੀਂ ਪਾਉਂਦਾ। ਸ਼ਰੀਅਤ ਮੰਗਣ ਦਾ ਨਾਂ ਹੈ, ਇਸ਼ਕ ਦੇਣ ਦਾ ਨਾਂ ਹੈ। ਮੰਗਣ ਮੈਂ ਵਾਜਬ ਕੀਤੇ ਆਈ, ਮੰਗ ਮੇਰੇ ਕੋਲ ਜ਼ਰੂਰੀ, ਇਸ਼ਕ ਦੇਣ ਦਾ ਨਾਂ ਹੈ। ਜੇ ਹਿੰਮਤ ਹੈ ਹੀ ਤਾਂ ਇਸ਼ਕ ਵਾਲਿਆਂ ਦੀ ਕਲਾਸ ਦਾ ਸਟੂਡੈਂਟ ਬਣੀ, ਨਹੀਂ ਤਾਂ ਮੰਗਦਾ ਮੰਗਦਾ ਹੀ ਜੰਨਤ ਟੁਰ ਜਾਣਾ। ਬਾਈ ਬੋਲੋ ਮੇਰੇ ਨਾਲ, ਜਿਹਨਾਂ ਨੂੰ ਸਮਝ ਆ ਰਹੀ ਹੈ ਸਾਰੇ, ਮੈਂ ਸੁਣ ਕੇ ਹੋ। ਬਹੁਤ ਮਿਹਰਬਾਨੀ। ਸ਼ਰੀਅਤ ਲੈਣ ਦਾ ਨਾਂ, ਇਸ਼ਕ ਦੇਣ ਦਾ ਨਾਂ। ਲੈਣ ਸੌਖਾ, ਦੇਣ ਔਖਾ। ਸ਼ਰੀਅਤ ਸੌਖੀ, ਇਸ਼ਕ ਔਖਾ। ਜਲਸੇ ਦੀ ਮਜਲ ਸੀ, ਡਰ ਵੀ ਲੰਬਾ ਵੀ ਨਹੀਂ ਪੜ੍ਹਨਾ, ਲੇਕਿਨ ਮੈਂ ਇਤਨਾ ਥੋੜ੍ਹਾ ਵੀ ਨਹੀਂ ਪੜ੍ਹਨਾ। ਅਲਹਮਦੁਲਿਲਾ, ਮੈਂ ਸਦਕੇ ਵਾਂ। ਸ਼ਰੀਅਤ ਸੌਖੀ, ਇਸ਼ਕ ਔਖਾ। ਸ਼ਰੀਅਤ ਮੰਗਣ ਦਾ ਨਾਂ, ਇਸ਼ਕ ਦੇਣ ਦਾ ਨਾਂ। ਪੂਰੇ ਮੁਲਕ ਦੀ ਨੁਮਾਇੰਦਗੀ ਮੈਂ ਪੂਰੇ ਵਸੂਕ ਨਾਲ ਇੱਕ ਜੁਮਲਾ ਕਰ ਲੰਗਾ, ਆਹਕਾਮ ਸ਼ਰੀਅਤ ਚੋਂ। ਅਗਰ ਮੈਂ ਇਸ ਪਾਸੇ ਚਲਾ ਗਿਆ ਨਾ ਤਾਂ ਫਿਰ ਲੰਬਾ ਹੋ ਜਾਏਗਾ। ਸ਼ਰੀਅਤ ਦੇ ਕੀ ਆਕਾਮ ਨੇ, ਇਸ਼ਕ ਦੇ ਕੀ ਆਕਾਮ? ਸ਼ਰੀਅਤ ਦੀ ਵੀ ਨਿਮਾਜ਼ ਹੈ, ਇਸ਼ਕ ਦੀ ਵੀ ਨਿਮਾਜ਼ ਹੈ, ਐਨ ਵੱਖੋ ਵੱਖ। ਸ਼ਰੀਅਤ ਦੀ ਕਜ਼ਾ ਹੁੰਦੀ ਹੈ, ਇਸ਼ਕ ਵਾਲਿਆਂ ਦੀ ਕਜ਼ਾ ਹੀ ਨਹੀਂ ਹੈ। ਸ਼ਰੀਅਤ ਵਾਲਿਆਂ ਦੀ ਨੀਤੀ ਹੋਵੇ ਨਾ ਜੀ, ਅੰਧੇਰੀ ਆ ਜਾਏ, ਅੱਗ ਲੱਗ ਜਾਏ, ਘਰ ਜਲ ਜਾਏ, ਸ਼ਰੀਅਤ ਆ ਜੀ ਮੇਰੀ ਛੋੜ, ਜਾਨ ਬਚਾ। ਇਸ਼ਕ ਵਾਲਿਆਂ ਦੀ ਨੀਤੀ ਹੋਵੇ ਨਾ, ਫਿਰ ਅੱਗ ਲੱਗੀ ਰਵੇ, ਨਿਮਾਜ਼ ਨਹੀਂ ਛੁੱਟਦੀ, ਉਹ ਲੰਬਾ ਹੋ ਜਾਏਗਾ ਜੀ। ਸ਼ਰੀਅਤ ਦੇ ਆਕਾਮ ਹੋਰ, ਇਸ਼ਕ ਦੇ ਆਕਾਮ। ਆਹਕਾਮ ਸ਼ਰੀਅਤ ਚੋਂ ਸਭ ਤੋਂ ਅਹਿਮ ਹੈ ਨਿਮਾਜ਼। ਤਕਰੀਬਨ 11:30 ਹੋ ਗਏ ਨੇ, ਇਹ ਟਾਈਮ ਵੈਸੇ ਨਮਾਜ਼ ਦਾ ਤਾਂ ਨਹੀਂ, ਜਾਂ ਅੱਲਾ ਹੀ ਇਸ ਟਾਈਮ ਮਾਫ਼ ਕੀਤੀ ਹੈ ਅਤੇ ਮੈਂ ਗੱਲ ਕਰ ਰਿਹਾ, ਜਾਂ ਸੁਬਹ ਹੀ ਪੜ੍ਹਨੀ। ਸ਼ਰੀਅਤ ਦੇ ਅਹਕਾਮਾਤ ਚੋਂ ਸਭ ਤੋਂ ਅਹਿਮ ਔਰ ਜ਼ਰੂਰੀ ਹੈ ਨਮਾਜ਼। ਨਮਾਜ਼ ਪੜ੍ਹੋ, ਨਮਾਜ਼ ਪੜ੍ਹੋ, ਬਾਰ ਬਾਰ ਹੁਕਮੇ। ਲੇਕਿਨ ਮੈਂ ਚੈਲੰਜ ਕਰ ਰਿਹਾ ਜੀ, ਅਹਕਾਮ ਸ਼ਰੀਅਤ ਚੋਂ ਸਭ ਤੋਂ ਅਹਿਮ ਨਮਾਜ਼ ਹੈ, ਲੇਕਿਨ ਮੈਂ ਆਖ ਰਿਹਾ ਕਿ ਨਮਾਜ਼ ਤੋਂ ਵੀ ਅਹਿਮ ਉਸ ਕੋਲੋਂ ਮੰਗਣਾ।
जी थोड़े बोले ने, मैंने यकीन आई, दलील नहीं देंगा तो जहन मुतमिन नहीं होंगे। शरीयत अकाम है जो जरूरी नमाज है, नमाज तो भी जरूरी। पीर मुश्ताक शाह जी अल्लाह को मंगना है, किड़ा बंदा है जरा नहीं जानता रसूल की हदीस। अब दुआ मुखल इबादत, दुआ इबादत का मगज है। जरा बंदा इबादत करे, सईदे तो सईदा करे, दिन रात एक करे, मसीती डेरे लाए समेत सिलेंडर दे, पढ़ा 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 थक जाए तो उदे कोलू मंगे कोई ना। आवाज़े कुदरत आँदी है फरिश्ते दे सजदे चौई दे मुँह ते मारो, मैं लायक इबादत हाँ, मोहताज इबादत है। क्या बात है, क्या बात है, मैं सदके हूँ। बहुत मेहरबान। तो शरीयत मंगण का ना, याद इश्क देर का ना। जेड़ा बंदा मंगता नहीं उदी नमाज भी कबूल नहीं। साबत है नमाज तो भी अहम मंगना है, दुआ मंगण का ना। शरीयत आले मंगते ने घर दे, जर दे, पुत्र दे, दौलत। एक मलंग बैठी आई तो उस कन लाया तो मौली साहब दुआ पे मंगण, या अल्लाह इमाम दई सलामती दई। उस कह जी क्यों मंगते हो सब, जो मंगी वो देंदे उसे तू मंगी दे। उस कह जी अच्छा जी, या अल्लाह पाक 5000 रुपया दई। मौलवी झिड़किया, उस आख्या मंगने वाली शह मंगी दी। उस आख्या मौलवी आप ही आखे जी शह कोल ना मैं मंगी दी है, तेरे को ईमान कोई नहीं मेरे को रुपये। तो शरीयत मंगण का ना। 73 फिरका शरीयत आला अल्लाह को मंगता है, घर दे, सर दे, पुत्र दे, दौलत दे। ला इलाहा इल्लल्लाह मुहम्मद रसूलुल्लाह अलीयुल वलीउल्लाह सरगो दे आलियो। इश्क आले मंगदे नहीं, मैदान च उदे सामने ललकर के आदे ने, घर ले, जर ले, पुत्र ले। इश्क देण दा ना, शरीयत लैण दा। कुछ कम ऐसे, बस आखिरी जुमला, कुछ कम ऐसे ने जेडे शरीयत च नाजायज ने, इश्क जायज ने। मसलन शरीयत दी ऐ कम ना करी, कुरान विच ऐ ना करी, ओ ही कम कुरान विच इश्क दा कर ले। ये मैं साबित कर देना, शरीयत एक कम तो रोकती है ना करी, इश्क दा कर। जिहड़ी रोकदी ओ भी कुरान है, जिहड़ा करवा रहे ओ भी कुरान है। साबित होया रोकण वाले शरीयत ते करवाण वाला इश्क। शरीयत दे अपने काम ने, इश्क दे अपने काम। मिसाल दे तौर पर शरीफ नौजवान तनहा बीवी जंगल बियाबान च बगैर आसरे सहारे दे छोड़नी शरअन गुनाह। इश्क विच तनहा शरीफ जादी इकली बीवी जंगल बियाबान छोड़नी जायजे। ला फतवा जनाबे इब्राहिम ते के लाने, उस हाजरा सलामुल्ला अलैहा नु वादी ए गैर ए जी जर ए निच तनहा क्यों छोड़े। जी कुरान है नहीं, मैं नहीं मुतमिन आए थी, मेरे पहुंचाने फर्क थी। जनाब रोड ब्लॉक होया है, मैं बड़ी जल्दी है मजलस से जाना है। अगे जनाब भांबड़ उन्हें अग दे टायर जला के तो हो आसमान पर छोले जा रहे। मेरा दिल मैं बिचू लंघ जाऊँ, उन्हें गड्डी नहीं लंघन देनी। मैं जी मैं आपे लंघ जाऊँ। शरीयत आख्या खबरदार आपे लंघ जाना है। अखा हैं नहीं, मैं जी हैं। उस आख्या अग नहीं वेखता पाया। मैं जी वेखी तो उस आख्या अन्न है, बल्दी भी तो नहीं ना चाहता। मैं कह जी मैं लंघना, मैं जल्दी हो सके लंघना ही, तो बड़ा मार होर कोई रस्ता लेना है, जरूरी अग बिच लंघना ही सड़ जाएगा। मैं जी ता की है, उस क्या की है, ला तुल है कुबे ऐदी या कुमे लता लोका, जान बुझ के अग बिच लगेगा ना सड़ के मर जाएगा। शरीयत आख्या मैं खुदकुशी की मौत हराम लिखांगी, जिसनों समझ आवे मेरे नाल बोले, जिसनों मैं नहीं समझा रहा बेशक ना बोले। बाबा हबीब शाह जी शरीयत आदि है, अग दे भांबड़ विच ना जाई जल के मर जाएगा, खुदकुशी दी मौत हराम। इश्क आदा छाल मार चाहे आतशे नमरूद की नहीं आवे कुछ नहीं। हाय हाय, मैं सदके आऊं, मैं सदके आऊं। बेखतर कूद पड़ा आतशे नमरूद में इश्क। मेहरबानी जना अली या अली या अली।
ਹੱਕ ਹੈ। ਸ਼ਰੀਅਤ ਆਦਿ ਅੱਗ ਵਿੱਚ ਨਾ ਜਾ, ਇਸ਼ਕਾਂ ਦੇ ਚਲਾ ਜਾ। ਤੋ ਸਾਬਤ ਹੋਇਆ ਜਿਹੜੀ ਰੋਕ ਰਹੀ ਹੈ ਉਹ ਸ਼ਰੀਅਤ ਹੈ, ਜਿਹੜੀ ਛਾਲ ਮਰਵਾ ਰਹੀ ਹੈ। ਬੇਖਤਰ ਕੂਦ ਪੜਾ ਆਤਸ਼ੇ ਨਮਰੂਦ ਮੇ ਇਸ਼ਕ, ਅਕਲ ਹੈ ਮਹਿਵੇ ਤਮਾਸ਼ਾ ਲਬੇ ਬਾਉਂ। ਸ਼ਰੀਅਤ ਵਿੱਚ ਅੱਗ ਵਿੱਚ ਜਾਣਾ ਗੁਨਾਹ ਹੈ, ਇਸ਼ਕ ਵਿੱਚ ਪੁੱਤਰ ਨਿਮਤ ਹੈ, ਧੀ ਰਹਿਮਤ ਹੈ। ਕੀ ਫਰਕ ਹੈ ਜੀ? ਫਰਕ ਇਹ ਕਿ ਨਿਮਤ ਦਾ ਹਿਸਾਬ ਹੈ, ਰਹਿਮਤ ਦਾ ਹਿਸਾਬ ਪੁੱਤਰ ਨਿਮਤ ਵਿੱਚ। ਪੁੱਤਰ ਦੀ ਉਂਗਲੀ ਹੈ ਜੁਜ਼ਵੇ ਨਿਮਤ। ਮੈਂ ਸ਼ਰੀਅਤ ਨੂੰ ਪੁੱਛਿਆ ਪੁੱਤਰ ਦੀ ਉਂਗਲੀ ਕੱਟ ਦਿਆਂ? ਉਸ ਆਖਿਆ ਅੱਲਾ ਕੱਟਣ ਵਾਸਤੇ ਦਿੱਤੀ ਆ, ਇਹਦਾ ਹਿਸਾਬ ਹੋਣਾ। ਖਬਰਦਾਰ ਕੱਟੀ ਨਹੀਂ, ਰਹਿਮਾਨ ਨਾਰਾਜ਼ ਹੋ ਜਾਏਗਾ। ਅਮਾਲ ਸਾਲੇ ਕਰ, ਅੱਛੇ ਕੰਮ ਕਰ, ਇਹਦੇ ਨਾਲ ਅੱਲਾ ਵੱਢਣ ਵਾਸਤੇ ਨਹੀਂ ਦਿੱਤੀ, ਅੱਛੇ ਅਮਲਾਂ ਵਾਸਤੇ ਦਿੱਤੀ। ਮੈਂ ਕਿਹਾ ਜੀ ਮੈਂ ਵੱਢਣ ਲੱਗਾ, ਸ਼ਰੀਅਤ ਆਖਿਆ ਚੱਲ ਵੱਢ, ਤੂੰ ਪੁੱਤਰ ਦੀ ਅੰਗਲ ਵੱਢੇਗਾ ਹਰਾਮ ਹੋ ਜਾਏਗੀ, ਸ਼ਰਅਨ ਗੁਨਾਹ ਹੋ ਜਾਏਗਾ, ਅੱਲਾ ਇਸ ਨਿਮਤ ਦਾ ਹਿਸਾਬ ਲਏਗਾ। ਅਵਲ ਆਖਰ ਬੋਲ ਕੇ ਤਵੱਜੋ ਨਾਲ ਮੈਂ ਸਮਝਾਇਆ ਤੇ ਫਿਰ ਮੇਰੇ ਨਾਲ ਬੋਲਣਾ, ਮੈਂ ਨਹੀਂ ਸਮਝਾ ਰਿਹਾ ਕੋਈ ਬੰਦਾ ਮੇਰੇ ਨਾਲ ਨਾ ਬੋਲੇ। ਸ਼ਰੀਅਤ ਕਿਆ ਹੈ, ਇਸ਼ਕ ਕਿਆ ਹੈ? ਸ਼ਰੀਅਤ ਆਦੀ ਹੈ ਪੁੱਤਰ ਦੀ ਅੰਗਲ ਨਾ ਵੱਢੀ ਹਰਾਮ ਹੈ, ਇਸ਼ਕ ਆਦਾ ਪੂਰੇ ਦਾ ਪੂਰਾ ਪੁੱਤਰ ਵੱਢ ਦੇ ਕੁਝ ਨਹੀਂ ਹੁੰਦਾ। ਜੀ ਜੀ ਜੀ, ਲਾ ਫਤਵਾ ਜਨਾਬ ਇਬਰਾਹਿਮ ਅਲੈਹਿ ਸਲਾਮ ਤੇ ਕੇ ਲਾਣਾ, ਉਸ ਜਨਾਬ ਇਸਮਾਈਲ ਅਲੈਹਿ ਸਲਾਮ ਦੇ ਗੱਲ ਤੇ ਛੁਰੀ ਟੈਸਟਿੰਗ ਵਾਸਤੇ ਰੱਖੀ। ਫਾਤਮਾ ਹੁੰਨਾ, ਅੱਲਾ ਪਿਆ ਦੇ ਆਪਣੇ ਵੱਲੋਂ ਤੂੰ ਇਸ ਨੂੰ ਜ਼ਿਬਾ ਕਰ ਦਿੱਤੇ ਹੈ। ਜਿਹੜੀ ਸ਼ਰੀਅਤ ਅੰਗਲ ਨਹੀਂ ਵੱਢਣ ਦਿੰਦੀ ਉਹੀ ਇਸ਼ ਪੁੱਤਰ ਜ਼ਿਬਾ ਕਰਵਾ ਦਿਆ। ਤੋ ਸਾਬਤ ਹੋਇਆ ਸ਼ਰੀਅਤ ਹੋ ਰਹੇ, ਇਸ਼ਕ ਹੋ ਰਹੇ। ਜਿਸ ਕੇਸ ਦੀ ਐਫ ਆਈ ਆਰ ਠੀਕ ਨਹੀਂ ਨਾ ਜੀ, ਉਸਦਾ ਕਦੀ ਫੈਸਲਾ ਨਹੀਂ ਹੁੰਦਾ। ਇਤਨਾ ਮੈਂ ਤੁਹਾਡਾ ਟਾਈਮ ਲਿਆ, 10-12 ਮਿੰਟ ਹੋ ਗਏ ਮੈਂ ਪੜ੍ਹਦੇ ਹਾਂ, ਅਤੇ ਇਹ ਗੱਲ ਮੈਂ ਇੱਕ ਸਮਝਾਉਣੀ ਹੈ, ਇਹਦੇ ਬਾਅਦ ਸੱਤਰ ਮੁਸਾਹਿਬ ਦੀ ਪੜ੍ਹਨ ਲੱਗਾ। ਜਿਸ ਕੇਸ ਦੀ ਐਫ ਆਈ ਆਰ ਠੀਕ ਨਹੀਂ ਸਰਗੋਦਿਆ ਲਿਆ, ਕਦੀ ਵੀ ਉਸਦਾ ਫੈਸਲਾ ਨਹੀਂ ਹੋਏਗਾ। 1400 ਸਾਲ ਵਿੱਚ ਅਸਾਂ ਸ਼ੀਆਂ 'ਤੇ ਜਿਹੜੇ ਹਰ ਬੰਦੇ ਇਤਰਾਜ਼ ਕੀਤਾ, ਹਰ ਜਗ੍ਹਾ ਕੀਤਾ, ਹਰ ਕਿਸੇ ਕੀਤਾ ਸ਼ੀਆਂ 'ਤੇ ਇਤਰਾਜ਼, ਉਹ ਹੈ ਮਾਤਮ। ਜੀ ਹਲਾਲ ਹੈ, ਜੀ ਹਰਾਮ ਹੈ, ਬਿਦਤ ਹੈ, ਇਬਾਦਤ ਹੈ, ਗੁਨਾਹ ਹੈ, ਸਵਾਬ ਹੈ। ਆਓ ਮੇਰੇ ਹੱਥ ਬੰਨੇ ਨੇ ਇਮਾਮ ਹੁਸੈਨ ਅਲੈਹਿ ਸਲਾਮ ਦੇ ਵਿਹੜੇ ਬਹਿ ਕੇ ਆਪਣੀ ਕਬਰ ਦਾ ਖੁਦ ਫੈਸਲਾ ਕਰੋ, ਸਾਰੀਆਂ ਗੱਲਾਂ ਮੌਲਵੀ 'ਤੇ ਨਾ ਛੱਡੋ। ਆਓ ਆਪਣੇ ਨਬੀ ਖੁਦਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਬਹਿਸ ਬਾਅਦ ਦੀ ਬਾਤ ਹੈ, ਮਾਤਮ ਬਿਦਤ ਇਬਾਦਤ ਗੁਨਾਹ ਜਾਂ ਸਵਾਬ ਹੈ। ਪਹਿਲੇ ਮਾਤਮ ਦਾ ਦੀਨੀ ਸਟੇਟਸ 'ਤੇ ਵੇਖ, ਪਹਿਲੇ ਇਸ ਨੂੰ ਪਰੂਫ 'ਤੇ ਕਰ, ਇਹ ਮਾਤਮ ਮਸਲਾ ਸ਼ਰੀਅਤ ਹੈ ਜਾਂ ਇਸ਼ਕ ਹੈ। ਹਾਏ ਹਾਏ ਹਾਏ, ਫਿਰ ਪਤਾ ਲੱਗੇ ਨਾ ਜਾਇਜ਼ ਹੈ ਜਾਂ ਨਾ ਜਾਇਜ਼ ਹੈ, ਫਿਰ ਪਤਾ ਲੱਗੇ ਨਾ ਬਿਦਤ ਜਾਂ ਇਬਾਦਤ। ਤਿੰਨ ਮਾਤਮ ਕਿਉਂ ਨਹੀਂ ਸਮਝ ਆ ਰਿਹਾ? ਮੁਸਲਮਾਨ ਤੇਰੀ ਪ੍ਰੋਬਲਮ ਨਹੀਂ, ਤੇਰਾ ਕਸੂਰ ਨਹੀਂ, ਤੂੰ ਖਲੋਤੇ ਸ਼ਰੀਅਤ ਦੀ ਕਲਾਸ ਵਿੱਚ। ਸਾਰੀ ਜ਼ਿੰਦਗੀ ਸ਼ਰੀਅਤ ਦੀ ਐਨਕ ਲਾ ਕੇ ਵੇਖਦਾ ਰਹੋ, ਤਿੰਨ ਮਾਤਮ ਗੁਨਾਹ ਹੀ ਦਿਸਣਾ ਹੈ ਨਾ। ਮਾਤਮ ਮਸਲੇ ਇਸ਼ਕ ਦੀ ਕਲਾਸ ਦਾ, ਅਗਲੀ ਕਲਾਸ ਵਿੱਚ ਐਵੇਂ ਤੇ ਪਤਾ ਲੱਗੇ ਨਾ ਜਾਇਜ਼ ਹੈ ਜਾਂ ਨਾ ਜਾਇਜ਼। ਮੈਂ ਸਦਕੇ ਹੋਣਾ, ਕੀ ਮਿਸਾਲ ਹੈ ਤਾਰੀਖ ਇਸਲਾਮ? ਬਾਬਾ ਜੀ ਮੈਂ ਸਾਰਾ ਮੌਜੂ ਛੱਡ ਕੇ ਅਤੇ ਇਹ ਸਮੇਟ ਲੈ ਜੀ ਆਪਣੀ ਬਾਤ। ਸਰਕਾਰ ਅਹਿਮਦ ਮੁਖਤਾਰ ਦਾ ਇੱਕ ਦੰਦ ਮੁਬਾਰਕ ਸ਼ਹੀਦ ਹੋਇਆ, ਸੱਜੇ ਖੱਬੇ ਸ਼ਰੀਅਤ ਵਾਲੇ ਬੈਠੇ ਰਹੇ ਨੇ, ਉਹਨਾਂ ਨੂੰ ਕੁਝ ਨਹੀਂ ਹੋਇਆ। ਬਈ ਜਿਹੜਾ ਖਿਤਾਬਤ ਦਾ ਸਫ਼ਰ ਸਮਝਦੇ ਹੋ, ਜਿਹੜੇ ਜ਼ਾਕਰੀ ਇਸ਼ਾਰੇ ਸਮਝਦੇ ਹੋ, ਦੰਦ ਮੁਬਾਰਕ ਸ਼ਹੀਦ ਹੈ ਬੰਦੇ ਵੇਖ ਕੇ, ਉਹਨਾਂ ਨੂੰ ਕੁਝ ਵੀ ਨਹੀਂ ਹੋਇਆ। ਸੱਜੇ ਖੱਬੇ ਬੈਠੇ ਰਹੇ ਨੇ, ਕੁਝ ਵੀ ਨਹੀਂ ਹੋਇਆ। ਇਸ਼ਕਾਲਾ ਕਰਨ 'ਚ ਬਹਿ ਕੇ ਸੁਣਿਆ ਅਤੇ ਉਸ ਪੱਥਰ ਨਾਲ 32 ਦੇ 32 ਤਰੋੜ ਕੇ ਬਾਹਰ ਰੱਖ ਦਿੱਤੇ। ਹਾਏ ਹਾਏ, ਤੋ ਸਾਬਤ ਹੋਇਆ ਸ਼ਰੀਅਤ ਹੋ ਰਹੇ, ਇਸ਼ਕ ਹੋ ਰਹੇ। ਮਾਤਮ ਅਜ਼ਾਦਾਰੀ ਜ਼ੰਜੀਰ ਜ਼ਨੀ ਸ਼ਰੀਅਤ ਨਹੀਂ, ਇਸ਼ਕ। ਫਤਵਾ ਸ਼ਰੀਅਤ 'ਚ ਹੁੰਦਾ ਹੈ, ਇਸ਼ਕ 'ਤੇ ਫਤਵਾ ਨਹੀਂ ਹੁੰਦਾ। ਚਾਰ ਚਾਰ ਆਨੇ ਦਰਸਾਂ 'ਚ ਪੜ੍ਹ ਕੇ ਅਤੇ ਅੱਜ ਮੌਲਵੀ ਸਾਡੇ 'ਤੇ ਲੈ ਖਲੋਤੇ ਹੈ ਜੀ, ਕੁਮਾ ਜ਼ਨੀ ਹਰਾਮ ਹੈ ਜੀ, ਜ਼ੰਜੀਰ ਨਾ ਮਾਰੋ ਜੀ। ਇਮਾਮ ਹੁਸੈਨ ਅਲੈਹਿ ਸਲਾਮ ਦੇ ਜ਼ਿਕਰ 'ਤੇ ਇਲਮ ਦੇ ਲਿਬਾਦੇ 'ਚ ਡਾਕੇ ਮਰੀ ਰਹੇ ਨੇ। ਸਰਗੋਦਿਆ ਲਿਆ ਕਦੀ ਵੀ ਭੈਣ ਬਿਰਾ ਦੇ ਇਸ ਮਿਸ਼ਨ 'ਤੇ ਫਤਵਾ ਦੀ ਜ਼ਰਦੀ 'ਚ ਨਾ ਆਵੀ। ਲਾਜਿਕ ਕੀ ਪੇਸ਼ ਕੀਤੀ ਗਈ ਹੈ ਜੀ, ਕੁਮਾ ਜ਼ਨੀ ਹਰਾਮ ਹੈ ਜੀ, ਜਵਾਨ ਖੂਨ ਹੈ ਜੀ, ਤੰਦਰੁਸਤ ਹੋਣੇ, ਬਲੱਡ ਬੈਂਕ ਹੀ ਦਿਓ ਕਿਸੇ ਮਰੀਜ਼ ਦੀ ਜਾਨ ਬਚੇ। ਜਾ ਮੁੱਲਾ ਆਪਣੇ ਫਤਵੇ ਆਪਣੇ ਕੋਲ ਰੱਖ, ਇਸ਼ਕ ਵਾਲਿਆਂ 'ਤੇ ਫਤਵੇ ਨਹੀਂ ਲਾਈ ਦੇ। ਇਹ ਤੇਰਾ ਮੇਰਾ ਖੂਨ ਕੀਮਤੀ ਹੈ ਜਾਂ ਬਤੂਲ ਦੀਆਂ ਧੀਆਂ ਦਾ ਖੂਨ ਕੀਮਤੀ? ਮੈਂ ਸਦਕੇ ਆਵਾਂ ਜੀ, ਮੈਂ ਸਦਕੇ ਆਵਾਂ।
पैगाम मैं पहुंचा लिया, मेरे मनसब की अदायगी हो गई, किसी जहन तक कोई दलील पहुंच गई, सो बिस्मिल्लाह जी। शरीयत लैन का नाम इश्क देन का, आदम तो लैके अज तक, अज तो लैके कयामत तक सारा जहान शरीयत लैन अल्लाह को मंगन आए। अल्लाह की कायनात अजल तो अब तक सिर्फ दो घर ने जेडे मंगण आए नहीं, जेडे इश्क आए ने उसमें देने वाले, एक इब्राहिम आल इब्राहिम, एक मोहम्मद वाले मोहम्मद, ये शरीयत आए नहीं बोले नहीं तुसे जी, इश्क आए ये उस को लैन आए नहीं तो उसमें देने वाले ने, एक मिनाल है एक करबलाल, एक इब्तदा करने वाले एक इंतहा करने वाले, मेरे हाल नहीं बोल सकते, एक दस जिल हज आए मैं सदके हुआ, एक दस मुहर्रम आए, दस जिल हज आलिया भी अल्लाह ने दिता है, दस मुहर्रम आलिया भी अल्लाह ने दिता, उन्होंने भी खुदा तो मंगया नहीं, उन्हें आख्या जी तू मंगते सी दईए, इन्होंने भी खुदा तो मंगया नहीं, मैदान च हुसैन खड़ो के आख्या अज तू मंगी आ ना तो मैं दीती आ, लेकिन फर्क है मिना इब्तदाए करबला इंतहा है, मिना इब्राहिम आले इब्राहिम है, करबला मोहम्मद वाले मोहम्मद, मिना आले काबा बढ़ाना आले ने, करबला आले काबा बचाना आले, मिना आलिया में पुत्र दिते ने खुदा नू, करबला आलिया में दिते ने, वक्त इतना ही हो ज्यादा लंबा नहीं पढ़ना, तवज्जो करोगे, मिना आलिया दिता है खुदा नू लेकिन हाथ पैर बन गए, मैं सदके भाई इस विखा कर बला लिया जरा शब्बीर हाथ पैर बन के दिता, थोड़े बंदे हाय की मैं फिर कोशिश करना जी, मेना लिया दिता है भुखा नहीं तसा नहीं, करबला लिया जद दिते ने त्रै दिन के भुखे भी नहीं तसे भी नहीं, शिया बंदा हो तो हाय जुमले ते निकलनी चाहिए, सरगोदे आलिया जदन मिना लिया दिता है इस्माईल नाल बहन कोई नहीं, करबला लिया दिते ने बहना भी नाल आ भाई क्या बात है, धीया भी नाल आ मावा भी नाल, मिना लिया दिता है इस्माईल लेकिन मां तू चोरी, खड़ा हो कोई बंदा मेरा गिरबान हाजर है, बात मेरी गलत है कुरान तो बाहर है मुजरम होना तेरा, मिना लिया सरकार इस्माईल पेश किया राय खुदाई जनाब हाजरा तू चोरी, चैलेंज मैं कर रहा आज नहीं ता क्या मैं क्यामत कोई बंदा मेरी बात को गलत साबित कर दे, करबला चू एक बेखा जरा शब्बीर किसी मां तू चोरी कर दे, एक बेखा सब तो छोटा शहजादा अली असगर है ना जी जरा मां की झोली चू है, पर मैं जिक्र की कसम है हाजरा सत्त वारी दौड़ी है, मेरा पुत्र पे मरद है प्यास तू, मेरा पुत्र मर ना जाए, करबला रुबाब 71 वारी दौड़ी है मेरा असगर बच ना जाए, किबला नामा साहब आखिर ते शहजादे का गवारा बिरावन करांगे शहादत हो ही पढ़ेंगे, लेकिन मैं अपने मौजूदी तकवीयत वास्ते एक जुमला आखिर लगा, जिसले सारे मुक गए ना तो उस वे जनाबे रुबाब इन पुत्र चाहे फरमा हम तो लै गए, इमाम मजहब में करबला फरमाया माँ हो के दे रही है, उस अगे जी मैं तो कदम का इंतजार पे कर दी, फिर मैं ठीक है दे मिल ले जी मैं मिल ले, मजलू में करबला के हाथों पर पीर जरिए शाह जी इन शहजादा अली असर बिला तश्मी आया, मां रख के जल्दी के नाल वापस तुरी ताकि मेरा वापस ना आ जाए, पंजवें कदम पर जा रहे फिर मैं रुबाब रुक रुक तैयारी आप की थी जी मैं की थी, दो चोले आप आए जी मौला मैं आप आए, फरमाया खुश्क वाले चल गई आप की दिया जी मालक, फरमाया रुबाब आखिरी गल दस अज अल्लाह की तारीख लिखी जा रही, एक कंगी दे बाद अली असगर दिया अखां च सुरमा आप पवाए जी मौला मैं आप पवाए, फरमाया रुबाब मैंने सिर्फ इतना दस दिया सोने पुत्र दी अखां च सुरमा क्यों पवाए, करोड़ हाजरा इकट्ठी करा बतूल दी नौ तेरा हौसला ही नहीं बनता, इमाम दे कदम ते हाथ ला क्या दी पुत्र रसूल दा जदन दी मेरी डोली तुहाडे वेड़े चाहिए, कुछ राजे लाइया मेरे ते मुनकशिफ हो गए, मैं मां हां मैं जानदी हां मेरे पुत्र दा बहाना है पानी दा इनू लभणा ही कोई नहीं, इन तीर मार लेकिन मौला मैं कनीज होके तेरी मिन्नत पे करनी हां,
पानी मंगल तू पहले मेरे पुत्र नु चाह के 9 लाख दे सामने इंज करना ही इंज करके विखाना मेरे पुत्र नु रुबाब क्यों फरमाया मौला दुनिया नु पता लगे मिना की ये करबला की ये ओ मिना ले आन जेड़े मामा तू चोरी ले गए ने इन्ना कुत्तिया नु वखाई इन्ना नु पता लगे इंज तैयारियां प्यू नहीं करदे इंज मामा ही करदे वाह 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 भाई क्या बात है इंज कंगिया सुर में प्यू नहीं करदे उन्होंने पता लगे मैं हाजरा नहीं मैं बतूल दिनों आ वाह 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 मैं सदके आवा मैं सदके आवा मैं सदके आवा मिनाले दिते हाथ पैर बंद के मिना इब्तदा की थी इब्राहिम और इस्माइल करबला इंतहा कर दी थी हुसैन और अली अकबर बस एक मुख्तसर जब मैं सुनो मैं ज्यादा पढ़ गया जी भाई जान का इहतमाम कबूल हो गए जितने आए हो झोलियां भर के जाओगे ओ जब तक गल शरीयत च रही है शहजादा अली अकबर दे दामन सैयदा दियां 18 साल मिट्टी नहीं लगन दी दामन भी मिट्टी नहीं शरीयत च गल आई हुसैन दे सोहने पुत्र दे दामन भी मिट्टी नहीं ते जदन गल इश्क चाहिए देन दी वारी आई है पूरे दा पूरा अकबर मिट्टी ते सुता मैं सदके आवां इस तो शायद मुख्तसारी कोई नहीं जेड़ा मैं कर सका रेहले उका विच हुसन दा कुरान झण पिया ते झण दी जाते आखिया बाबा मैं लह पिया फरमाया अकबर मैं भी आ गया बिला तशबी पूरे दा पूरा अकबर मिट्टी ते वल्लैल नमाज जुल्फा खुलियां ने अमामा झड़ चुका है कुछ जुल्फा चेहरा मुबारक ते ने कुछ शाने ते ने कुछ रेत ते ने शहजादा पाक इंज मिट्टी ते दोवे हाथ अली अकबर दे इंज करके इत्थे इत्थे सज्जे पासे पीवा बैठा है जिवें जनाबे याकूब अलैहिस्सलाम पुत्र यूसुफ की कमीज की खुशबू महसूस की थी ना मासूम मासूम की खुशबू महसूस करता है अजे प्यू बोलिया नहीं बाबे की खुशबू आई इन करके आखो नहीं प्यू वेख्या ते इन शहजादे सज्जा हाथ च आया बाबा मेरा सलाम फरमा अकबर मेरे लखे सलाम अकबर मैं गरीब हाँ नहीं बाबा ते फिर मैं 18 साल एडा सोना दो हथा नाल इन सलाम करना प्यो सदके अज तू ही सलाम की हथ नाल पिया करना है दो हथा नाल सलाम करना फरमा बाबा जरा मैं एक हथ नहीं ना चाहता बाबा मैं तुहाडी ज़ईफ़ी दे डर तो नहीं जाना तुसी ज़ईफ़ हो मैं जवान हाँ बाबा बुढ़े वेले जवान पुत्रां दे दुख नहीं बर्दाश्त होंदे शिया वे तो दी हाय मेरे तक पहुंचे जिसलै आखे ने कि जुल्म दा तूफान है जिहड़ा छुपाना चाहना शब्बीर तलवार मिट्टी ते सती है सज्जा हथ पुत्र दे हथ ते रख्या दिन अकबर हथ हटा मैं कोई इब्राहिम भाई क्या बात है क्या बात है मैं ते समझिया थक पियो सो तुसा गर्मी दे मैं कोई इब्राहिम शहजादे हथ च आया 4 इंच फल बरछी दा बाहर पिछले दिन च किबला दी जिंदगी अवे किबला नसीम अब्बास रिजवी साहब सेहत नाल मारक जिंदगी दराज फरमा साड़ी कौम दा सरमाया मजहबी हवाले नाल बहुत कीमती शख्सियत उन्हां दे जुमला मैं जुबानी सुने मेरे इलम च इजाफा है उस तो पहले मैं होर पढ़िया जी वह फरमा रहे हैं कि शहजादे पाक नूं जिहड़ी बरछी मारी गई है वह सामू नहीं मारी गई वह कंड वाले पासों लगी वह फरमा रहे हैं कि बनो हाशम अज तक मां पुत्र ही नहीं जमया जरा सामने होके वार कर ना ना और मेरे जेल बाबा जिस बात को कबूल की त्रै कुत्ते दे पुत्र मुनकस बिन मुर्रा मुर्रा हसीन बिन नमीर इन्हें छुप के कंड वाले पासो वार की मेरे इलाके दे लोग बैठे हो देहाती लोग बैठे हो जान दो जिन्हें परछी वेखी उनका पिछला हिस्सा लोहे का होंगे लकड़ का अगला लोहे का इन्हें कुत्तियां पिछू खलो के बिला तशबेज बरछी मारी है बरछी का लोहे का हिस्सा सीना बेकीना जुपार निकले वो जरा पिछला हिस्सा इन्हें न त्रोड़िया अल्लाह अकबर वो जरा 4 इंच फल बरछी का बाहर आई ना उधर मैं नसीम बास की बोला बादशाह की गल तो बाद पता लगे क्यों प्यू औखा होके बरछी चिकदा है वो यही वजह कंड वाले पासू आई ना लगी तो सीने वाले पासू निकलनी फिर औखी आई वो 4 इंच खतीब आले मुहम्मद की बला भी रवायत पढ़ दिया 4 इंच फल बरछू ते हुसैन दे सोने पुत्र हाथ रखे
ਐਂ ਅਕਬਰ ਹੱਥ ਹਟਾਇਆ ਤੇ ਬਰਛੀ ਤੇ ਸ਼ਬੀਰ ਦੀ ਪਈ ਹੈ ਨਿਗਾਹ। ਅਕਬਰ ਇਹ ਬਰਛੀ ਹੈ ਜੀ ਬਾਬਾ ਕਿਸ ਮਾਰੀ ਆ ਬਾਬਾ ਤਰੇ ਬਗੈਰ ਤਰਲ ਕੇ ਮਾਰੀ ਅਕਬਰ ਦਰਦ ਹੋਇਆ ਜੀ ਫਰਮਾਇਆ ਨਹੀਂ ਬਾਬਾ ਬਾਬਾ ਇਹ ਤੇ ਜੱਦ ਦਾ ਵਿਰਸਾ ਤੇ ਫਰਮਾਇਆ ਅਕਬਰ ਤੂੰ ਰੋ ਕਿਉਂ ਰਿਹਾ ਬਾਬਾ ਮੈਨੂੰ ਬਰਛੀ ਦਾ ਦਰਦ ਨਹੀਂ ਬਾਬਾ ਉਹਨਾਂ ਕੁੱਤਿਆਂ ਜਿਹੜਾ ਤਾਨਾ ਮਾਰਿਆ ਨਾ ਮੇਰਾ ਜਿਗਰ ਚੀਰ ਗਿਆ ਜਿਹੜੇ ਬੰਦੇ ਤਾਰੀਖ ਅਰਬ ਜਾਣਦੇ ਹੋ ਅਰਬ ਬੇਗੈਰਤ ਤਾਨੇ ਮਾਰਦੇ ਹਨ ਪਰ ਜ਼ੁਬਾਨ ਦਾ ਜ਼ਖਮ ਤਲਵਾਰ ਨਾਲ ਜ਼ਿਆਦਾ ਹੈ ਬਾਬਾ ਇਤਨਾ ਜ਼ਖਮ ਮੈਂ ਬਰਛੀ ਨਹੀਂ ਕੀਤਾ ਜਿਤਨਾ ਬਾਬਾ ਹਸੀਨ ਦਾ ਤਾਨਾ ਕਰ ਗਿਆ ਜਿਗਰ ਤੇ ਹੱਥ ਰੱਖੇ ਦਿਨ ਅਕਬਰ ਉਸ ਕੀ ਆਖੇ ਬਾਬਾ ਉਹਨਾਂ ਬਰਛੀ ਮਾਰੀ ਹੈ ਮਾਰ ਕੇ ਤਰੋੜੀ ਹੈ ਬਾਬਾ ਜਿਸਲੇ ਤਰੁੱਟੀ ਬਰਛੀ ਤੇ ਤਰੇਵੇ ਕੁੱਤੇ ਇੱਕ ਦੂਜੇ ਦੇ ਮੋਢੇ ਤੇ ਹੱਥ ਰੱਖ ਕੇ ਹੱਸਦੇ ਹਨ ਕਹਿ ਕੇ ਮਾਰ ਮਾਰ ਕੇ ਆਦੇ ਹਨ ਉਹ ਤੇਰੇ ਪਿਓ ਦਾ ਨਾਂ ਹੁਸੈਨ ਹੈ ਮੈਂ ਕਿਹਾ ਜੀ ਜੀ ਆ ਆਦੇ ਨੇ ਸੁਣੇ ਆ ਤੇਰਾ ਪਿਓ ਬੜਾ ਸਾਬਰ ਹੈ ਤੇਰੇ ਜੇ ਜਵਾਨ ਦੇ ਸੀਨੇ ਚੋਂ ਬਰਛੀ ਛਿੱਕੇ ਤੇ ਫਿਰ ਪਤਾ ਕਿਆ ਬਾਤ ਹੈ ਬਾਈ ਇੱਥੇ ਕਰਬਲਾ ਦਾ ਮਾਹੌਲ ਅਮੀਰ ਦੀਆਂ ਧੀਆਂ ਰਾਜ਼ੀ ਹੋਣ ਤੈਂ ਜੇ ਜਵਾਨ ਦੇ ਸੀਨੇ ਚੋਂ ਬਰਛੀ ਛਿੱਕੇ ਫਿਰ ਪਤਾ ਲੱਗੇ ਵਾਹ ਵਾਹ ਫਿਰ ਪਤਾ ਲੱਗੇ ਕਿੱਡਾ ਸਾਬਰ ਹੈ ਅੱਛਾ ਅਕਬਰ ਉਸ ਇਹਨਾਂ ਕਿਹਾ ਜੀ ਬਾਬਾ ਫਰਮਾਇਆ ਅਕਬਰ ਫਿਰ ਮੈਂ ਦੱਸਾਂ ਮੈਂ ਕਿੱਡਾ ਸਾਬਰ ਹਾਂ ਬਾਬਾ ਬਿਸਮਿਲਾ ਅਕਬਰ ਮੀਨਾ ਨਹੀਂ ਕਰਬਲਾ ਏ ਅਕਬਰ ਮੈਂ ਨਾ ਰੱਸੀ ਆ ਲਾਂ ਨਾ ਮੈਂ ਪੱਟੀ ਆ ਲਾਂ ਤੇ ਉਹ ਸਦਕੇ ਇੱਕੋ ਵਾਰੀ ਪੈਰ ਰੱਖਣੇ ਨਹੀਂ ਜਿੱਥੇ ਰੱਖਣੇ ਅਕਬਰ ਇੱਕੋ ਵਾਰੀ ਮਜ਼ਬੂਤੀ ਨਾਲ ਹੱਥ ਰੱਖ ਲੈ ਅਕਬਰ ਮੈਂ ਬਰਛੀ ਛਿੱਕ ਲਈ ਤੇਰਾ ਹੱਥ ਪੈਰ ਨਾ ਹੱਲੇ ਪਿਓ ਵੱਲ ਵੇ ਕਹਿੰਦਾ ਬਾਬਾ ਬਰਛੀ ਛਿੱਕੋ ਹੱਥ ਪੈਰ ਦੂਰ ਦੀ ਗੱਲ ਹੈ ਜੇ ਤੇਰੇ ਪੁੱਤਰ ਦੇ ਮੂੰਹ ਚੋਂ ਅੱਜ ਸੀ ਵੀ ਨਿਕਲ ਗਈ ਆਖੀ ਲੈਲਾ ਦੀ ਗੌ ਦਾ ਅਸਰ ਹੀ ਕੋਈ ਨਾ ਆਈ ਮੈਂ ਸਦਕੇ ਹੋਵਾਂ ਮੈਂ ਸਦਕੇ ਹੋਵਾਂ ਮੈਂ ਸਦਕੇ ਹੋਵਾਂ ਜੀ ਅਕਬਰ ਤੋਂ ਤਿਆਰ ਹੈ ਬਾਬਾ ਮੈਂ ਜਿਤਨੇ ਕੜੀਅਲ ਜਵਾਨ ਤੇ ਮਾਤਮੀ ਬੈਠੇ ਹੋ ਮੈਂ ਮਿਹਨਤ ਕਰਾਂਗਾ ਮੇਰੀ ਜ਼ਾਕਰੀ ਵਾਸਤੇ ਨਹੀਂ ਵੱਲਾ ਮੈਂ ਮਿੰਬਰ ਤੇ ਖਲੋਤਾ ਮੇਰਾ ਬਾਹਰ ਮੈਂ ਹਾਜ਼ਰ ਹੋ ਨਾਜ਼ਰ ਮੇਰੀ ਨੀਯਤ ਤੋਂ ਵਾਕਫ ਹੈ ਮੇਰੀ ਜ਼ਾਕਰੀ ਵਾਸਤੇ ਨਹੀਂ ਹੋ ਸਕੇ ਤੇ ਸ਼ਾਹਜ਼ਾਦੇ ਦੇ ਵੈਣ ਸੁਣ ਕੇ ਹਾਏ ਜ਼ਰੂਰ ਕਰੀ ਇਸ ਦੀ ਮਾਂ ਦਾ ਹੁਕਮ ਹੈ ਮੇਰੇ ਪੁੱਤਰ ਦਾ ਚੋਖਾ ਮਸਾਹਿਬ ਨਾ ਪੜੋ ਮਨਾ ਇਸ ਵਾਸਤੇ ਹੋ ਸਕਦਾ ਪੜ੍ਹਨ ਵਾਲਾ ਸੋਹਣਾ ਨਾ ਪੜ੍ਹ ਸਕੇ ਮਾਹੌਲ ਸੋਹਣਾ ਨਾ ਬਣੇ ਥਕਾਵਟ ਹੁੰਦੀ ਹੈ ਗਿਰੀਆ ਥੋੜ੍ਹਾ ਹੋਵੇ ਤੇ ਪਰਦੇ ਚੋਂ ਲੈਲਾ ਜਿਸਲੇ ਪੁੱਤਰ ਦਾ ਵੈਣ ਸੁਣਦੀ ਹੈ ਤੇ ਗਿਰੀਆ ਥੋੜ੍ਹਾ ਹੁੰਦਾ ਹੈ ਆਲੀਆ ਦਾ ਹੱਥ ਪਕੜ ਕੇ ਆਦੀਏ ਨਾ ਘਬਰਾ ਇੰਨਾ ਕੋਈ ਡਿੱਠਾ ਹੈ ਮੇਰਾ ਸੋਹਣਾ ਇਸ ਵਾਸਤੇ ਜਿਹੜੇ ਜਵਾਨ ਬੈਠੇ ਹੋ ਤੁਹਾਡਾ ਅੱਜ ਹਿੱਸਾ ਜ਼ਿਆਦਾ ਹੋਵੇ ਤੇ ਮੈਂ ਵੈਣ ਸ਼ੁਰੂ ਕਰਾਂ ਮਾਹੌਲ ਸੋਹਣਾ ਬਣ ਗਿਆ ਇੱਕ ਸਤਰ ਸੁਣੋ ਤੇ ਵੈਣ ਕਰਾਂ ਇਹ ਬਿਲਾ ਤਸ਼ਬੀਹ ਇੰਜ ਸ਼ਹਜ਼ਾਦਾ ਪਾਕ ਅਲੀ ਅਕਬਰ ਇੱਥੇ ਬਾਬਾ ਨਜ਼ਾਕ ਸ਼ਾਹ ਜੀ ਸੱਜੇ ਪਾਸੇ ਸ਼ਬੀਰ ਆ ਬੈਠੇ ਅਕਬਰ ਤਿਆਰ ਹੈ ਬਾਬਾ ਮੈਂ ਤਿਆਰ ਹਾਂ ਬਰਛੀ ਛਿੱਕਾਂ ਬਾਬਾ ਛਿੱਕੋ ਕਾਤਲ ਤੇ ਵੇਖਦੇ ਜੇ ਬਾਬਾ ਹੌਸਲੇ ਨਾਲ ਛਿੱਕ ਰਹੀ ਫਰਮਾਇਆ ਅਕਬਰ ਸਿਰਫ ਕਾਤਲ ਨਹੀਂ ਅੱਲਾ ਆਸਮਾਨ ਦੇ ਦਰੀਚੇ ਕੋਈ ਅੱਜ ਆਸਮਾਨੀ ਮਖਲੂਕ ਵੇਖ ਰਹੀ ਉਹ ਸਵਾ ਲੱਖ ਨਬੀ ਕਰਬਲਾ ਦੇ ਬੰਨੇ ਤੇ ਆਏ ਅਕਬਰ ਇੱਕ ਵਾਰੀ ਸਰ ਜਾਣਾ ਬੇਟਾ ਉਹ ਸਫੇ ਪਿਆ ਚੋ ਤੈਨੂੰ ਕਾਲਾ ਜਿਹਾ ਬੁਰਕਾ ਨਜ਼ਰ ਆ ਰਿਹਾ ਜੀ ਬਾਬਾ ਬੇਟਾ ਉਹ ਜਿਹੜਾ ਬੁਰਕਾ ਹੈ ਨਾ ਉਹ ਤੇਰੀ ਦਾਦਰੀ ਹਾਜ਼ਰ ਹੈ ਸੱਜੇ ਪਾਸੇ ਇਬਰਾਹਿਮ ਖੱਬੇ ਪਾਸੇ ਇਸਮਾਇਲ ਦਰਮਿਆਨ ਤੇਰੀ ਦਾਦੀ ਹਾਜ਼ਰ ਹੈ ਉਹ ਵੀ ਅੱਜ ਮੀਨਾ ਵਿੱਚ ਆਈ ਹੈ ਆਦੀਏ ਮੈਂ ਮਾਂ ਵੇਖਣੀ ਹੈ ਜਿਹੜੀ ਅੱਖੀ ਵੇਂਦੇ ਆ ਪੁੱਤਰ ਮਰਵਾ ਲੈਂਦੀ ਮੈਂ ਮਾਵਾਂ ਹੌਸਲੇ ਵਾਲੀਆਂ ਵੇਖਣੀਆਂ ਓ ਜਿਤਨੇ ਜਵਾਨ ਕੜੀ ਅਲਮਾਤਮੀ ਬੈਠੇ ਹੋ ਹੁਸੈਨ ਦੇ ਸੋਹਣੇ ਪੁੱਤਰ ਦੇ ਚਿਹਰੇ ਤੇ ਮੁਸਕਰਾਹਟ ਆਈ ਹੈ ਫਿਰ ਮੈਂ ਬਾਬਾ ਦਾਦੀ ਵੀ ਆਏ ਨੇ ਫਿਰ ਮੈਂ ਹਾਂ ਤੇਰਾ ਹੌਸਲਾ ਵੇਖਣ ਆਈ ਹੈ ਫਿਰ ਮੈਂ ਬਾਬਾ ਫਿਰ ਨਹੀਂ ਤੇ ਮੌਕੇ ਨਹੀਂ ਬਣਦੇ ਬਾਬਾ ਹੁਣ ਸੱਜੇ ਪਾਸੇ ਨਹੀਂ ਜੇ ਖਲੋਣਾ ਇਹ ਖੱਬੇ ਪਾਸੇ ਹੋ ਮੇਰੀ ਬਰਛੀ ਛਿੱਕੋ ਸ਼ੀਆ ਬੰਦਾ ਵੇ ਹਾਏ ਨਾ ਕਰੇ ਮੈਨੂੰ ਬਾਬਾ ਜੀ ਦੁੱਖ ਲੱਗੇਗਾ ਫਰਮਾਇਆ ਅਕਬਰ ਕੇ ਰਾਜ਼ ਹੈ ਸੱਜੇ ਪਾਸੇ ਨਾ ਖਲੋਵਾਂ ਖੱਬੇ ਪਾਸੇ ਖਲੋ ਕੇ ਛਿੱਕਾਂ ਫਰਮਾਇਆ ਬਾਬਾ ਆਪ ਵੀ ਤੇ ਪਿਆ ਦਿਓ ਦਾਦੀ ਹਾਜ਼ਰਾ ਵੀ ਆਈ ਹੈ ਦਾਦੀ ਹਾਜ਼ਰਾ ਪੇ ਵੇਦੀ ਜੇ ਤੁਸੀਂ ਖਲੋਤੇ ਸੱਜੇ ਪਾਸੇ ਇਸ ਪਾਸੇ ਨੇ ਖੈਮੇ ਮੱਤੇ ਦਾਦੀ ਹਾਜ਼ਰਾ ਇੰਜ ਨਾ ਆਖੇ ਹੁਸੈਨ ਲੈਲਾ ਤੂੰ ਚੋਰੀ ਕਰਕੇ ਪਿਆ ਕੱਢਦਾ ਹੈ ਇੱਥੇ ਆ ਬਾਬਾ ਦੁਨੀਆਂ ਨੂੰ ਪਤਾ ਲੱਗੇ ਮੀਨਾ ਕੀ ਹੈ ਤੇ ਕਰਬਲਾ ਕੀ ਹੈ ਪਹਿਲਾ ਵੈਣ ਅਲੀ ਦੀ ਵੱਡੀ ਧੀ ਦਾ ਆਇਆ ਫਰਮਾਇਆ ਉਹ ਮਾਂ ਸਦਕੇ ਬੁਰਕਾ ਪਾ ਕੇ ਉੱਥੇ ਆ ਜਾ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਜਿਹੜੇ ਮਾਤਮੀ ਹੋ ਤੁਹਾਡਾ ਹੱਥ ਸੁਣਦੇ ਹੋ ਸ਼ਬੀਰ ਪਿਆ ਦੇ ਨੇ ਬਾਹਰ ਨਾ ਵੀ ਮੈਂ ਜ਼ਿੰਦਾ ਮਿਲਾਂ ਸ਼ੀਆ ਸੁਣੀਆਂ ਬਿਸਮਿਲਾ ਪੜ ਕੇ ਸ਼ਬੀਰ ਖੱਬਾ ਹੱਥ ਪੁੱਤਰ ਦੇ ਸੀਨੇ ਤੇ ਰੱਖਿਆ ਜਿਹੜੇ ਕੜੀ ਅਲ ਜਵਾਨ ਤੇ ਮਾਤਮੀ ਬੈਠੇ ਹੋ ਸ਼ਬੀਰ ਸੱਜਾ ਹੱਥ ਫਲ ਬਰਛੀ ਪਾਇਆ ਪਹਿਲਾ ਹਲਾਵਾ ਦਿੱਤੇ ਜ਼ਮੀਨ ਹਲ ਗਈ ਆਸਮਾਨ ਹਲ ਗਿਆ
तू जा हलावा दिता है जन्नती जो हूरा देवाल खुल गए नबिया दिया पगा ढल पईया फरिश्तिया दिया तस्बियां छुट पईया तीसरा हलावा दिता है तेली अकबर दा वाला है बाबा मैं नहीं हलिया जमीन पई हलदी है पुत्र दा मत्था चमकिया धन अकबर सिर्फ जमीन नहीं हो वेख अल्लाह दा अरश पिया सदके भाई जवानी मानो जवानी मानो जवानी मानो अकबर दा सीना मल लग मजलूमे करबला बरछी आला हाथ रोकिया देने कौन है मेरे पुत्र दा सीना मलन आला फरमाया आराम नाल छिकी दादिया नू पोतरे बड़े प्यारे हो हुसैन मैं तेरी दुखे पासे आली मां मैनू पासे दे दर्द मातम मातम बिस्मिल्लाह करा बढ़िया जवानी हो अली दिया दिया राजी मेरे भाई दी मेहनत पूरी हो बिस्मिल्लाह करा मैं बिस्मिल्लाह आराम नाल छिकी दादिया नू पोतरे बड़े प्यारे आंदन हुसैन मेरे पासे दे दर्द भुल गए मेरा अकबर भी वे ते हसीन भी बंची भी वे अम्मा हाथ चाले मेरी निब वैसी बतूल हाथ चाले पंजवा हलावा देवन लगे अली अकबर दे लब हले मैं मिंबर ते खलोता पहली बारी है जुमला मैं पीर मुश्ताक शाह जदीद जुबानी सुने उन्हां दे जलसे चुना दी तरफ उपड़न लगा इस दा सदका सैयदादे दे दर्जा मेरा मालिक खैरात ज्यादा अता फरमावे बत्तां दी बुलंदी होवे पंजवा हलावा देवन लगे अली अकबर दे लब हले ने शबीर हथ रोकिया दिन कोई गल करनी आ जी बाबा बोलो मेरे नाने दियां शकलां ला के आखना चाहना फरमाया बाबा इन नहीं निकलनी जिवें तुसी पे कढ़दे हो अकबर किवें निकल सी फरमाया बाबा ओ वेख कुत्ते दे पुत्तर पे हसदे नी बाबा बरछी कढ़नी आ ते मशवरा मैं देना हौसले आला बंदा होएगा जिदी हुण हाय नहीं निकली अकबर के मशवरा देवे दे फरमाया बाबा हाथ मेरे सीने तू चा लै शबीर हाथ चा लेने अकबर के करा फरमाया बाबा बरछी कढ़नी आ ते दोवें सानू मेरे सीने ते रख लै शबीर जानू रखे ने आदा बाबा दुआ हथा नाल परछी नू दौला मिंबर दी कसम ऐ परछी कल्ली नहीं आई जवान दा जिगर नाल आया है इब्राहिम मूह दे भार झण पिया दा मन गया है होर सदके सदके मैं सदके मैं सदके मैं सदके मैं सद बैठ के बड़े हौसले नाल मैं दो वायर खैरात वाले होर कर बिस्मिल्ला करा मैं बिस्मिल्ला करा मैं बिस्मिल्ला करा मैं बिस्मिल्ला करा अली दियां धीयां राजी हो मैं सदके होवां बाबा जानू मेरे सीने ते रख लो शबीर जानू रखे ने बाबा तो हाथ नाल बरछी नू जोर लो शबीर ना दे अली पढ़ के जोर लाए कली बरछी नहीं आई जवान दा जिगर ना लाए खून फवारा बन के निकले जंगल मोहल्ला बन गया हुसैन दा पुत्र मर गया लेकिन करबला मोहल्ला बन गया मिट्टी शिफा बन गई नबियां दी सजना गा बन गई शबीर बरछी मिट्टी ते रखी है अली अकबर अल इंज वेखे शहजादे पाक दियां कदी अखां बंद होंदियां कदी खुलियां फरमाया अकबर मेरे नाल इंज ना करी बाबा किवें ना करा फरमाया तेरिया अखां पईयां बंद होंदियां ते उन्हां नूं मैं आखाया बाहर नहीं आउणा मैं तुहाडे खैमे च मिलां सां इंज भी वल वेख के लै बाबा कहना खायो शबीरा दिन अपनियां बहणां नूं जिगर ते हथ रख्या लै बाबा वत दस कहना खायो इमामा दिन अपनियां बहणां नूं जिहड़े मातमी बैठे रो कह लै बाबा थक ना पियो मैं वत दस कहना खायो शबीरा दिन बहणां नूं सले मदीने अलमों कर क्या दा हाय सुमरा ओ मेरिया तांगा नहा मैनू परछी खा गई वाहवा वाहवा मैं सुनके मैं सुनके मैं बिस्मिल्लाह करा बाबा जे वादा कर ओ मैंने चालो मेरी मुक गई ना दे अली पढ़ के शबीर पुत्र दी कंडल पासो हाथ पाए सीना अकबर दा पियो दे सीने नाल सारे सोने पुत्र दा पियो अपने मुंडे नाल लाए
ਦੋ ਕਦਮ ਚਾ ਕੇ ਸ਼ਬੀਰ ਰੁਕਿਆ ਦਾ ਅਕਬਰ ਕੇ ਆ ਨੀ ਬਾਬਾ ਮੈਂ ਠੀਕ ਹਾਂ ਨਾ ਮੇਰਾ ਪੁੱਤਰ ਤੂੰ ਬੋਲਣਾ ਤੇ ਮੈਂ ਤੁਰਨਾ ਤੂੰ ਚੁੱਪ ਕਰ ਕਿਉਂ ਮੇਰੇ ਕੋਲ ਟੁੱਟਣ ਨਹੀਂ ਹੋ ਬਾਬਾ ਮੈਂ ਠੀਕ ਹਾਂ ਤੀਸਰੇ ਕਦਮ ਤੇ ਜਾ ਕੇ ਪੁੱਛੇ ਅਕਬਰ ਕਿਵੇਂ ਪਈ ਨਿਭਦੀ ਆ ਬਾਬਾ ਜਾਨ ਮੈਂ ਠੀਕ ਹਾਂ ਪੰਜਵੇਂ ਕਦਮ ਤੇ ਅਕਬਰ ਕੇ ਆ ਲਈ ਬਾਬਾ ਥੋੜਾ ਜਿਹਾ ਜਲਦੀ ਕਰ ਲਓ ਬਾਬਾ ਮੇਰੇ ਦਮ ਤੇ ਵਾਲੇ ਆਉਂਦੇ ਨੇ ਮੁਸਲਮਾਨ ਨੇ ਤੇ ਯਕੀਨ ਕਰੀ ਨਵੇਂ ਕਦਮ ਤੇ ਪਿਓ ਪੁੱਛਦਾ ਰਿਹਾ ਅਕਬਰ ਨਹੀਂ ਬੋਲਿਆ ਐਨ ਕਰਕੇ ਸਰ ਨੂੰ ਹਲਾਵਾ ਦਿੱਤਾ ਅਕਬਰ ਦਾ ਸਰ ਪਿਓ ਦੇ ਬਾਜੂ ਤੇ ਆ ਗਿਆ ਅਗਲਾ ਫਾਸਲਾ ਸ਼ਬੀਰ ਇੰਜ ਜਾਇਆ ਪੁੱਤਰ ਅਲਵੇ ਦਾਈ ਤੁਰਦਾ ਹੀ ਤੇ ਇੰਜਵੇ ਦਾਈ ਜਦੋਂ ਪੁੱਤਰ ਦੀਆਂ ਅੱਖਾਂ ਬੰਦ ਹੋਵੇ ਲੱਗ ਪਈਆਂ ਨੇ ਮਿੱਟੀ ਤੇ ਬਹਿ ਕੇ ਪੁੱਤਰ ਦਾ ਸਰ ਖਮਿਆਲ ਕਰਕੇ ਆਦਾ ਹੈ ਜਿੰਨਾ ਮਿਲਣੇ ਜੀਂਦੇ ਅਕਬਰ ਦੂਰ ਆਈ ਅਲੀ ਜੀ ਰੁਕੀਏ ਕੋਈ ਸ਼ੈ ਵੇਖੀਏ ਭਜਦੀ ਮੇਰੀ ਕੰਨ ਤੇ ਮੱਥਾ ਮਾਰ ਕੇ ਆਦੀ ਅੰਮਾ ਮੇਰੇ ਤੂੰ ਪਹਿਲੇ ਤੂੰ ਬਣ ਕਿਉਂ ਫਰਮਾਇਆ ਮੇਰੇ ਪੁੱਤਰ ਦੀ ਸਰਾਂ ਦੀ ਕੋਈ ਚਿੱਟੀ ਦਾੜੀ ਵਾਲਾ ਬੁੱਢੜਾ ਬੈਠਾ ਉਹਨਾਂ ਪਰਦਾ ਕਰੇ ਮੈਂ ਜ਼ੈਨਬ ਆ ਗਈਆ ਇਮਾਮ ਰੋ ਕੇ ਆਦੇ ਨੇ ਬੁੱਢੜਾ ਨਹੀਂ ਮੈਂ ਹੁਸੈਨ ਆ ਉਹ ਮੇਰਾ ਮਸਲਾ ਦਾ ਸਦਕੇ ਸਦਕੇ ਕਬੂਲੀਆ ਦਾ ਟਾਈਮ ਹੈ ਸਾਰੇ ਬੰਦੇ ਇੱਕ ਵਾਰੀ ਹੱਥ ਆਓ ਕੋਈ ਫਰਕ ਨਹੀਂ ਪਾਉਂਦਾ ਹਰ ਬੰਦੇ ਹੱਥ ਆਏ ਹੈ ਜ਼ਿਲਹਜ ਦਾ ਮਹੀਨਾ ਹੈ ਚੰਨ ਮੁਹਰਮ ਦਾ ਚੜ੍ਹਨ ਵਾਲਾ ਪਰਦੇ 'ਚ ਬੈਠੀਆਂ ਮੇਰੀਆਂ ਮਾਵਾਂ ਭੈਣਾਂ ਦਈਆਂ ਕਈ ਭੈਣਾਂ ਐਸੀਆਂ ਸਨ ਜਿਨ੍ਹਾਂ ਭਰਾਵਾਂ ਦੀ ਸ਼ਾਦੀ ਦੀਆਂ ਤਿਆਰੀਆਂ ਕੀਤੀਆਂ ਪਰ ਮੇਰੀ ਦੁਆਈ ਨੇ ਮੇਰਾ ਅੱਲਾ ਸ਼ਾਲਾ ਕਿਸੇ ਭੈਣ ਦਾ ਕਵਾਰਾ ਫਿਰਾ ਨਾ ਮਰ ਜਾਏ ਅੱਲਾ ਨਾ ਕਰੇ ਜਿਨ੍ਹਾਂ ਦਾ ਕਵਾਰਾ ਮਰਦਾ ਹੈ ਮੇਰਾ ਮਾਮੂ ਜ਼ਾਲ ਮੋਇਆ ਮੈਂ ਆਪਣੇ ਅੱਖੀ ਨਾਲ ਵਾਕਿਆ ਵੇਖਿਆ ਭੈਣਾਂ ਸ਼ਾਦੀ ਦੀ ਤਾਰੀਖ ਰੱਖੀ ਹੋਈ ਤਕਦੀਰ ਦਾ ਪਰ ਲਗਾ ਦਾ ਲਾਕਸ਼ਾ ਜੀ ਅਚਾਨਕ ਦੁਨੀਆ ਤੋਂ ਤੁਰ ਗਿਆ ਗੁਸਲਾ ਕਫਨ ਹੋਇਆ ਜਨਾਜ਼ਾ ਜਦੋਂ ਕਬਰਾਂ ਵਾਸਤਾਨ ਵਾਸਤੇ ਚਾਵਣ ਲੱਗੇ ਖਾਨਦਾਨ ਦੇ ਬੰਦੇ ਜਨਾਜ਼ਾ ਚਾਵਣ ਲੱਗੇ ਭੈਣ ਵਾਲ ਖੋਲ ਕੇ ਆਖਿਆ ਸਾਨੂੰ ਇੱਕ ਵਾਰੀ ਸ਼ਗਨ ਪੂਰਾ ਕਰ ਲੈਣੇ ਮਿੰਬਰ ਦੀ ਕਸਮ ਹੈ ਮੈਂ ਉਹਨਾਂ ਬੰਦਿਆਂ ਨੂੰ ਰੋਂਦਿਆਂ ਵੇਖਿਆ ਜਿਹਨਾਂ ਜ਼ਿੰਦਗੀ 'ਚ ਕਦੇ ਨਹੀਂ ਰੋਂਦੇ ਭੈਣਾ ਉਹ ਸਿਹਰਾ ਅਕਬਰ ਦੇ ਸੀਨੇ ਤੇ ਰੱਖਿਆ ਜਿਹੜਾ ਸ਼ਾਦੀ ਦਾ ਆਈ ਸਰਗੋ ਦੇ ਆਲਿਆ ਮੈਂ ਮਿੰਬਰ ਦੀ ਕਸਮ ਹੈ ਜਦੋਂ ਹੁਸੈਨ ਆਖਿਆ ਨਾ ਸਾਰੀਆਂ ਆਈਆਂ ਨੇ ਸਕੀਨਾ ਖਾਲੀ ਨਹੀਂ ਆਈ ਸਿਹਰਾ ਲੈ ਕੇ ਆਈਏ ਅਕਬਰ ਦੇ ਸੀਨੇ ਤੇਰਾ ਕਿਆ ਦੀਏ ਜਾਗ ਮਦੀਨੇ ਵਾਲੀ ਭੈਣ ਭੇਜ ਆਈਏ ਸਕੀਨਾ ਸਿਹਰਾ ਜਾ ਕੇ ਆਈਏ ਰੁਬਾਬ ਪੁੱਤਰ ਜਾ ਕੇ ਆਈਏ ਅਸਗਰ ਅਕਬਰ ਦੇ ਸੀਨੇ ਤੇਰਾ ਕੇ ਪਿਆ ਦੀਏ ਤੇਰੇ ਫਲ ਬਰ ਛੀਦ ਅੱਜ ਮੁੱਲ ਪੌਦਾ ਤੇਰਾ ਰੋ ਕੇ ਪਿਆ ਦੀਏ ਮਾਇਆ ਕਾਲੇ ਕੱਪੜੇ ਓ ਮੇਰੇ